ਮਾਂ ਪਿਓ ਨੂੰ ਬੱਚੇ ਬੱਚੇ ਲੱਗਦੇ ਹੁੰਦੇ ਨੇ ਚਾਹੇ ਉਹਦੇ ਚਿੱਟੇ ਵਾਲ ਹੋ ਜਾਣ ਬੱਚੇ ਬੱਚੇ ਲੱਗਦੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਤੇ ਆਪਾਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਆਪਣੇ ਗੁਰਦੁਆਰਾ ਸਾਹਿਬ ਜਥਾ ਆਇਆ ਹੋਇਆ ਦਮਦਮਾ ਸਾਹਿਬ ਤੋਂ ਤੇ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਮੈਂ ਤੇ ਜਸ਼ਨ ਚੱਲੇ ਹਾਂ ਸਵੇਰੇ ਕੀਰਤਨ ਕਥਾ ਹੁੰਦਾ ਤੇ ਸ਼ਾਮ ਨੂੰ ਕਲਾਸ ਲੱਗਦੀ ਹੈ ਤੇ ਸ਼ਾਮ ਨੂੰ ਫਿਰ ਕੀਰਤਨ ਕਥਾ ਤੇ ਅੱਜ ਤੁਹਾਨੂੰ ਦਿਖਾਵਾਂਗੇ ਸਾਰਾ ਦਿਨ ਉਹਨਾਂ ਦਾ ਪ੍ਰੋਗਰਾਮ ਬਣੇ ਰਹੋ ਤੁਸੀਂ ਵੀ ਕੁਛ ਨਾ ਕੁਛ ਸਿੱਖਣ ਨੂੰ ਮਿਲੂਗਾ ਤੁਹਾਨੂੰ ਵੀ ਤੇ ਚੱਲਦੇ ਆਪਾਂ ਹੁਣ ਗੁਰਦੁਆਰਾ ਸਾਹਿਬ ਇਸ ਕਰਕੇ ਜੇਕਰ ਉਹਦੀ ਰਜਾ ਹੈ ਕਾਲੀ ਰੂਪ ਝੌੜੇ ਆਏ ਇਹ ਜਿਹੜੇ ਕਾਲੇ ਪੇਸ਼ੀ ਇਹਨਾਂ ਤੋਂ ਟਿਕੇ ਦੀ ਰਜਾ ਹੁੰਦੀ ਆਈ ਨੀ ਵਿਖੀਰਾ ਜੀ ਕੇ ਸੰਸਾਰ ਅੰਦਰ ਸਾਹ ਰੱਖਣੀ ਖੋਟੀ ਕੁੱਲ ਵਾਲੀ ਹੈ ਖੋਟੇ ਲੱਖਣਾ ਵਾਲੀ ਇਸ ਵਾਰ ਨਾਲ ਨਾਰੀ ਵਿੱਚ ਕੁਨਾਰ ਉਸੇ ਪ੍ਰਕਾਰ ਉਹ ਇਸਤਰੀ ਵੀ ਦਾਰੀਆਂ ਦੀ ਮਹਾਰਾਜ ਕਹਿੰਦੇ ਫਿਰ ਭਾਈ ਖੋਟੇ ਲੱਗਣੇ ਹੋਣ ਕਰਕੇ ਖੋਟੀ ਜਿਹੜੀ ਕੁੱਲ ਹੋਣੇ ਕਰਕੇ ਜੀਵਨ ਆਚਰਨ ਅੱਛਾ ਨਾ ਹੋਣ ਕਰਕੇ ਉਹ ਮਹਾਰਾਜ ਕਹਿੰਦੇ ਜੀਵ ਇਸਤਰੀ ਫਿਰ ਪਵਿੱਤਰ ਨਹੀਂ ਹੋ ਸਕਦੇ ਪੌੜੀ ਮਹਾਰਾਜ ਜੀ ਉਚਾਰਨ ਕਰਦੇ ਨੇ ਅਲਾਪ ਕਰਕੇ ਬੋਲੀ ਅਸੀਂ ਹਰ ਬੋਲੀ ਬੈਣੀ ਇਹ ਮਹਾਰਾਜ ਜੀ ਆਪ ਜੀ ਦੀ ਬਾਣੀ ਨੂੰ ਬੋਲੀ ਅਸੀਂ ਬਾਣੀ ਨੂੰ ਉਚਾਰਨ ਕਰੀਏ ਹਰ ਨਾਮ ਤੇ ਪਹਿਲਾਂ ਤਾਂ ਬਾਬਾ ਜੀ ਹਰੀ ਪਿੰਡ ਚ ਗੇੜਾ ਲਾਉਣਗੇ ਵੀ ਅੰਮ੍ਰਿਤ ਸੰਚਾਰ ਤੇ ਵੀ ਅੰਮ੍ਰਿਤ ਸਕੋ ਸਾਰਿਆਂ ਦੇ ਘਰਾਂ ਚ ਜਾਣਾ ਇਕੱਲੇ ਇਕੱਲੇ ਦੇ ਘਰ ਚ ਤੇ ਪਹਿਲਾਂ ਉਧਰ ਉਹਨਾਂ ਨਾਲ ਚੱਲਦੇ ਆ ਉਹ ਤੋਂ ਬਾਅਦ ਆ ਕੇ ਆਪਾਂ ਗੁਰਦੁਆਰਾ ਸਾਹਿਬ ਕੋਈ ਸੇਵਾ ਕਰ ਲਾਂਗੇ ਤੇ ਆ ਜਾਓ ਤੁਹਾਨੂੰ ਦਿਖਾਉਣੇ ਆ ਵੀ ਪਿੰਡ ਚ ਬਾਬਾ ਜੀ ਹਰੀ ਕੀ ਕਹਿੰਦੇ ਆ ਹੋ ਰਿਹਾ ਮਾਂ ਪਿਓ ਨੂੰ ਬੱਚੇ ਬੱਚੇ ਲੱਗਦੇ ਹੁੰਦੇ ਨੇ ਚਾਹੇ ਉਹਦੇ ਚਿੱਟੇ ਵਾਲ ਹੋ ਜਾਣ ਬੱਚੇ ਬੱਚੇ ਲੱਗਦੇ ਹੁੰਦੇ ਨੇ ਜੀ ਗੁਰੂ ਸਾਹਿਬ ਦੇ ਵੀ ਅਸੀਂ ਬੱਚੇ ਆ ਗੁਰੂ ਸਾਹਿਬ ਨੇ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਕਿੰਨੇ ਪ੍ਰੇਮ ਨਾਲ ਕਿਹਾ ਆਪਣੇ ਆਪ ਨੀ ਜੀ ਕੋਈ ਕਰਤ ਬਣਦੀ ਹੁੰਦੀ ਪ੍ਰੇਰਿਤ ਕਰਨਾ ਪੈਂਦਾ ਹੁੰਦਾ ਕਿਉਂ ਭੈਣ ਪ੍ਰੇਰਿਤ ਕਰਨਾ ਪੈਂਦਾ ਕਿ ਨਹੀਂ ਪੈਂਦਾ ਆਪਦੇ ਆਪ ਦਾ ਬੰਦਾ ਹੁਣ ਆਪਦੇ ਆਪ ਦੁੱਧ ਲੈਣਾ ਹੋਵੇ ਤਾਂ ਦੁੱਧੀ ਨੂੰ ਘਰ ਘਰ ਆਉਣਾ ਪੈਂਦਾ ਸਰਬ ਲੈਣਾ ਵਾਸਤੇ ਬੰਦਾ ਆਪ ਦੇਖ ਕੇ ਤੇ ਜਾਂਦਾ ਗਲਤ ਕੰਮ ਦਾ ਬੰਦਾ ਆਪ ਕਰਨ ਜਾਂਦਾ ਚੰਗੇ ਕੰਮ ਕਰਨ ਵਾਸਤੇ ਘਰੇ ਜਾਣਾ ਪੈਂਦਾ ਹਨਾ ਇਹ ਗੱਲਾਂ ਇਹ ਹੁੰਦੀਆਂ ਨੇ ਕਿ ਮਨ ਦੇ ਵਿੱਚ ਜੋ ਵਿਚਾਰ ਬਣਦੇ ਆ ਨਾ ਉਹ ਸੰਗਤ ਕਰਨ ਵਾਲੇ ਆਉਂਦੇ ਆ ਜਦੋਂ ਏਦਾਂ ਦੇ ਵਿਚਾਰ ਬਣੇ ਹੋਣ ਨਾ ਫਿਰ ਕਿਤੇ ਗੱਲ ਜਾਂਦੀ ਹੈ ਠੀਕ ਹੈ ਵੀਰ ਜੀ ਹੁਣ ਤੁਸੀਂ ਮਤਲਬ ਚਲੋ ਆ ਜਾਓ ਸੁਣ ਲਓ ਅੱਜ ਤੁਸੀਂ ਅਮਰਦਾਰੀ ਹੋਵੋ ਅੱਗੇ ਤੁਹਾਡਾ ਬੱਚਾ ਬਰਾਬਰ ਦਾ ਹੋ ਰਿਹਾ ਪਰਮੇਸ਼ਰ ਕਰੇ ਗੁਰੂ ਸਾਹਿਬ ਨੂੰ ਚੰਗੀ ਸੰਗਤ ਬਖਸ਼ਣ ਤੁਹਾਨੂੰ ਦੇਖ ਕੇ ਪ੍ਰੇਰਿਤ ਹੋਵੇ ਜਿਹੜਾ ਅੱਜ ਆਪਣੇ ਪੰਜਾਬ ਦਾ ਹਾਲ ਆ ਨਾ ਵੀਰ ਜੀ ਬਹੁਤ ਬੁਰਾ ਹਾਲ ਘਰ ਘਰ ਦੇ ਵਿੱਚ ਨਸ਼ਾ ਨਸ਼ੇੜੀਆਂ ਨੇ ਭਜਾਤਾ ਤੇ ਬਾਹਰ ਲਿਆਉਣੇ ਤਾਂ ਕਲੀਅਰ ਹੀ ਕਰਤਾ ਵੀ ਜਿੰਨੇ ਮਰਜ਼ੀ ਕਰੋ ਅਸੀਂ ਚੌੜੇ ਹੋ ਕੇ ਜਵਾਕਾਂ ਨੂੰ ਬਾਹਰ ਤੋਰੀ ਜਾਣੇ ਵੀ ਜਾਓ ਜੀ ਜਾਓ ਉੱਥੇ ਕਿਆ ਕਰੋ ਬਾਹਰ ਕਰੋ ਉੱਥੇ ਜਾ ਕੇ ਕੋਈ ਰੋਕ ਟੋਕੀ ਹੈ ਨਹੀਂ ਪੂਰੇ ਸਾਡੇ ਸਾਹਮਣੇ ਹੈਗੇ ਨੇ ਸਿਰਫ ਕੱਲ ਘੱਟ ਘੱਟ ਰੋਕ ਤਾਂ ਦੇਵਾਂਗੇ ਜਾਂ ਗਲਤ ਕੰਮ ਨਹੀਂ ਕਰਨਾ ਗਲਤ ਸੰਗਤ ਜਾਣਾ ਉੱਥੇ ਕੀ ਜਾ ਕੇ ਇਹਨੂੰ ਰੋਕਾਂਗੇ ਉੱਥੇ ਸਾਡੀ ਬਹੁਤ ਹੀ ਗੱਲ ਹੁੰਦੀ ਹੈ ਬੱਚੇ ਗਏ ਨੇ ਜਿਹਨਾਂ ਜਾ ਕੇ ਬਾਹਰ ਵੀ ਕੇਸ ਕਟਵਾਏ ਨੇ ਕੇਸ ਕਟਵਾ ਕੇ ਨਸ਼ੇੜੀ ਬਣ ਕੇ ਆਏ ਨੇ ਉੱਥੋਂ ਪੈਸਾ ਪੂਸਾ ਤਾਂ ਦੂਰ ਦੀ ਗੱਲ ਹਾਂਜੀ ਪਿੰਡ ਚੋਂ ਰਾਊਂਡ ਲਾ ਕੇ ਆਪਾਂ ਗੁਰਦੁਆਰਾ ਸਾਹਿਬ ਦੁਬਾਰੇ ਆ ਗਏ ਸੀ ਤੇ ਆਪਾਂ ਬੂਟਿਆਂ ਨੂੰ ਪਾਣੀ ਨਾਲ ਧੋਣਾ ਇਹਨਾਂ ਨੂੰ ਮਿੱਟੀ ਬਹੁਤ ਇਹਨਾਂ ਤੇ ਬਾਕੀ ਧੋ ਦਾਂਗੇ ਰਸਤੇ ਰੁਸਤੇ ਤੇ ਇਹ ਸੇਵਾ ਕਰਦੇ ਆਪਾਂ ਸ਼ੁਰੂ ਬਣੇ ਰਹੋ ਤੁਸੀਂ ਨਾਲ ਆਪਣੇ ਆਪ ਪਾਈਪ ਲਾ ਲਿਆ ਤੇ ਇਹਦੇ ਨਾਲ ਆਪਾਂ ਸਾਰਿਆਂ ਤੇ ਦੇਖੋ ਕਿੰਨੀ ਮਿੱਟੀ ਹੈ ਹਨਾ ਤੇ ਧੋ ਕੇ ਸਾਫ਼ ਹੋ ਜਾਣਗੇ ਮਟਕ ਮਜਾ ਜਾਂਦੀ ਮਟਕ ਮਜਾ ਜਾਂਦੀ ਸਾਨੂੰ ਲੋੜ ਨਹੀਂ ਉਹ ਤਖਤਾ ਤਾ ਜਾਂਦੀ ਸਾਨੂੰ ਲੋੜ ਨਹੀਂ ਉਹ ਤਖਤਾ ਤਾ ਜਾਂਦੀ ਉਹ ਰੱਖ ਸਭ ਕੇ ਤੂੰ ਆਪਣੀ ਅਮੀਰ ਸੱਜਣਾ ਓਏ ਸਾਨੂੰ ਬੜੀ ਔਖੀ ਮਿਲੀ
ਛੱਡਣਾ ਵੇ ਬੜੀਓ ਬਿਜਲੀ ਸਾਨੂੰ ਬੜੀਓ ਬਿਜਲੀ ਫਕੀਰ ਛੱਡਣਾ ਵੇ ਸਾਨੂੰ ਬੜੀਓ ਬਿਜਲੀ ਸਾਨੂੰ ਬੜੀਓ ਹਾਂਜੀ ਗੁਰਦੁਆਰਾ ਸਾਹਿਬ ਤੋਂ ਆਪਾਂ ਘਰ ਆ ਗਏ ਸੀਗੇ ਗੱਡੀ ਲੈਣ ਆਏ ਆਪਾਂ ਘਰ ਥੋੜ੍ਹਾ ਬਹੁਤ ਸਮਾਨ ਲੈ ਕੇ ਆਉਣਾ ਆਪਣੇ ਨਾ ਅੰਮ੍ਰਿਤ ਸੰਚਾਰ ਹੋਣਾ ਤਾਂ ਕਰਕੇ ਆਪਾਂ ਥੋੜ੍ਹਾ ਬਹੁਤ ਸਮਾਨ ਚਾਹੀਦਾ ਬਾਬਾ ਜੀ ਨੂੰ ਗੁਰਦੁਆਰੇ ਅਤੇ ਆਪਾਂ ਉਹ ਲੈਣ ਚੱਲੇ ਹਾਂ ਬਾਬਾ ਜੀ ਵੀ ਨਾਲ ਚੱਲਣਗੇ ਗੱਡੀ ਲੈ ਕੇ ਚੱਲਦੇ ਹਾਂ ਆਪਾਂ ਅਤੇ ਮਿਲਦੇ ਹਾਂ ਆਪਾਂ ਹੁਣ ਅੱਗੇ ਤੁਹਾਨੂੰ ਮਟਕ ਮਜਾ ਜਾਂਦੀ ਮਟਕ ਮਜਾ ਜਾਂਦੀ ਸਾਨੂੰ ਲੋੜ ਨਹੀਂ ਓ ਤਖਤਾ ਤਾ ਜਾਂਦੀ ਸਾਨੂੰ ਲੋੜ ਨਹੀਂ ਓ ਤਖਤਾ ਤਾ ਜਾਂਦੀ ਹੋ ਰੱਖ ਸਭ ਕੇ ਤੂੰ ਆਪਣੀ ਚੱਲ ਪਏ ਆਪਾਂ ਅਮੀਰ ਸੱਜਣਾ ਮਿਲਦੇ ਆਪਾਂ ਗੜਬੇ ਜਾ ਕੇ ਬੜੀ ਔਖੀ ਮਿਲੀ ਸਾਨੂੰ ਬੜੀ ਔਖੀ ਮਿਲੀ ਫਕੀਰ ਸੱਜਣਾ ਵੇ ਸਾਨੂੰ ਬੜੀ ਔਖੀ ਮਿਲੀ ਸਾਨੂੰ ਬੜੀ ਔਖੀ ਮਿਲੀ ਫਕੀਰ ਸੱਜਣਾ ਵੇ ਪਹੁੰਚ ਗਏ ਜੀ ਆਪਾਂ ਦੁਕਾਨ ਤੇ ਇੱਥੋਂ ਸਮਾਨ ਲੈਣਾ ਚੀਜ਼ ਤਾਂ ਅਸੀਂ ਵਧੀਆ ਮਿਲਦੀ ਹੈ ਜੀ ਠੀਕ ਹੈ ਸਾਨੂੰ ਬੜੀ ਔਖੀ ਮਿਲੀ ਸਾਨੂੰ ਬੜੀ ਔਖੀ ਮਿਲੀ ਦੁਕਾਨ ਨਹੀਂ ਜੀ ਨਗਰ ਲਓ ਜੀ ਆਪਾਂ ਇੱਧਰ ਕੱਪੜਾ ਲੈਣਾ ਜੀ ਵੀ ਵਰਤੇ ਜਾਣ ਕੰਮ ਆ ਜਾਣ ਵੀ ਖਰਾਬ ਨਾ ਹੋ ਜਾਣ ਸਾਡੀ ਲੱਗੀ ਏ ਵੀ ਯਾਰਾ ਜਿੱਥੇ ਲੱਗੀ ਰਹਿਣ ਸਾਡੀ ਲੱਗੀ ਲੱਗੀ ਰਹਿਣ ਦੇ ਠੱਗੀਏ ਜੇ ਸਾਡੀ ਗੁਰਦੁਆਰਾ ਸਾਹਿਬ ਪਹੁੰਚ ਗਏ ਤੇ ਅੰਦਰ ਆਪਣੇ ਆਉਂਦਿਆਂ ਨੂੰ ਕਲਾਸ ਚੱਲ ਰਹੀ ਸੀ ਆਜੋ ਦਿਖਾਉਂਦੇ ਆ ਤੁਹਾਨੂੰ ਠੱਗੀ ਰਹਿਣ ਦੇ ਠੱਗੀਏ ਜੇ ਸਾਡੀ ਯਾਰਾ ਠੱਗੀ ਰਹਿਣ ਦੇ ਸਾਨੂੰ ਦੁਨੀਆ ਮੁਸਾਫਰਾਂ ਨੂੰ ਭੁੱਲੀ ਰਹਿਣ ਸਾਨੂੰ ਬੜੀ ਔਖੀ ਮਿਲੀ ਸਾਨੂੰ ਬੜੀ ਔਖੀ ਮਿਲੀ ਜਿਹੜੀਆਂ ਭੈਣਾਂ ਨੇ ਉਹ ਸਾਧਨਾ ਵਾਹਿਗੁਰੂ ਦਾ ਜਾਪ ਕਰੀ ਜਾਂਦੀਆਂ ਨੇ ਮੈਂ ਇਹ ਕੁਝ ਵੇਖ ਕੇ ਆਇਆ
ਤੀਜੇ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਅਕਬਰ ਬਸ ਇਹੀ ਸ਼ਕਤੀ ਉਹ ਸਾਡੇ ਪ੍ਰਸ਼ਾਦੇ ਦੇ ਵਿੱਚ। ਮੈਂ ਬੇਨਤੀ ਕਰਨੀ ਆ ਭੈਣਾਂ ਨੂੰ, ਜਦੋਂ ਘਰ ਦੇ ਵਿੱਚ ਪ੍ਰਸ਼ਾਦਾ ਤਿਆਰ ਕਰਦੇ ਹੋ ਉਦੋਂ ਪਰਮਾਤਮਾ ਵਾਲੇ ਧਿਆਨ ਕਰਿਆ ਕਰੋ, ਹੈ ਕਿ ਨਾ ਭੈਣ? ਮੈਂ ਬਰਸਤ ਤੇ ਵੇਖੀ, ਚਲੋ ਉਹ ਵੱਖਰੀ ਗੱਲ, ਉਹਦੇ ਕੇਸ ਉਹਦੇ ਹਿੰਦੂ ਧਰਮ ਦੀ ਉਹਨਾਂ ਦੀ ਮਰਜ਼ਾਦਾ ਹੋਵੇਗੀ, ਪਰ ਉਹ ਗੱਲ ਕਰ ਰਹੀ ਆ ਉਹਨੇ ਪਹਿਲੋਂ ਜਾ ਕੇ ਕੀਤੀ। ਮੈਂ ਸਾਰਿਆਂ ਦੀਆਂ ਭੈਣਾਂ ਨੂੰ ਕਹਿੰਦੀ ਬੇਨਤੀ ਕਰਦੀ ਹਾਂ ਕਿ ਕੁੱਖ ਨਾ ਰੱਖਿਆ ਕਰੋ, ਰੋਟੀ ਆਪਣੀ ਆਪ ਪਕਾਇਆ ਕਰੋ, ਆਪਦਾ ਪ੍ਰਸ਼ਾਦਾ ਆਪ ਤਿਆਰ ਕਰਿਆ ਕਰੋ। ਤੇ ਜੇ ਤੁਹਾਡੀ ਮਜਬੂਰੀ ਹੈ ਵੀ ਦੋ ਘਰ ਦੇ ਜਿਗਨੀ ਸ਼ਹਿਰਾਂ ਬਾਹਰ ਕੁੜੀਆਂ ਥਾਵਾਂ ਤੇ ਹੈਗਾ ਵੀ ਦੋਵੇਂ ਸਰਵਿਸ ਕਰਦੇ ਤੇ ਆਪਣੀ ਨੌਕਰੀ ਕਰਕੇ ਘਰ ਆਉਂਦੇ ਨੇ, ਟਾਈਮ ਥੋੜਾ ਰਹਿ ਜਾਂਦਾ, ਤੇ ਚਲੋ ਭਾਈ ਸੇਵਾਦਾਰ ਕੋਈ ਰੱਖਿਆ ਉਹਨੂੰ ਤਨਖਾਹ ਦਿੰਦੇ। ਉਹ ਕਹਿੰਦਾ ਕਿ ਪਹਿਲਾਂ ਤਾਂ ਮੇਰੀ ਬੇਨਤੀ ਪ੍ਰਸ਼ਾਦਾ ਆਪ ਤਿਆਰ ਕਰਿਆ ਕਰੋ, ਤੇ ਜੇ ਕਿਸੇ ਨੇ ਭੁੱਖ ਰੱਖਿਆ ਵੀ ਹੋਇਆ ਨਾ ਤੇ ਫਿਰ ਮੇਰੀ ਗੱਲ ਧਿਆਨ ਨਾਲ ਸੁਣ ਲਓ, ਉਹਦਾ ਮਨ ਨਾ ਦਿਖਾਇਓ। ਜਦੋਂ ਉਹਨੇ ਰੋਟੀ ਬਣਾਉਣੀ ਸਬਜ਼ੀ ਬਣਾਉਣੀ ਜੇ ਤੁਸੀਂ ਉਹਦੇ ਮਨ ਨੂੰ ਦਿਖਾਇਆ, ਉਹੀ ਉਹਦੇ ਮਨ ਦੀਆਂ ਜਿਹੜੀਆਂ ਕਿਰਨਾਂ ਨੇ ਤੁਹਾਡੇ ਪ੍ਰਸ਼ਾਦੇ ਚ ਪੈ ਕੇ ਤੁਹਾਨੂੰ ਵੀ ਸੁਖਰੀ ਹੋਊਗੀ। ਫਿਰ ਦੂਜੇ ਨੰਬਰ ਤੇ ਕਹਿੰਦੇ ਜੇ ਤੁਹਾਡੀ ਮਜਬੂਰੀ ਹੈ, ਤੁਸੀਂ ਕਿਸੇ ਕੋਲੋਂ ਪ੍ਰਸ਼ਾਦਾ ਪਕਵਾ ਵੀ ਲਿਆ, ਫਿਰ ਭੈਣ ਕਹਿੰਦੀ ਇੱਕ ਕੰਮ ਕਰਿਓ, ਕਹਿੰਦੇ ਪ੍ਰਸ਼ਾਦਾ ਰੱਖ ਕੇ ਤੇ ਸਾਰਾ ਪਰਿਵਾਰ ਬੈਠ ਜਾਇਓ, ਤੇ ਸਾਰਾ ਪਰਿਵਾਰ ਬੈਠ ਕੇ ਸਤਿਨਾਮ ਵਾਹਿਗੁਰੂ ਦਾ ਜਪ ਜੇ ਬਾਰਾਂ ਨਹੀਂ ਤੇ 15-20 ਮਿੰਟਾਂ ਦਾ ਘੇੜਾ ਜਪ ਕੇ ਤੇ ਫਿਰ ਕਹਿੰਦੇ ਉਹ ਪ੍ਰਸ਼ਾਦਾ ਛੱਡ ਲਿਓ, ਤੁਹਾਡਾ ਨੁਕਸਾਨ ਨਹੀਂ ਕਰੇ।